ਲੈ ਵੀ ਮੋਟਿਆ ਜਿਹਾ ਆ ਗਏ ਮੋਹਾਲੀ, ਤੈਨੂੰ ਬੜੇ ਚਿਰ ਦੀ ਡੀਕ ਕਰਨ ਡਿਆ, ਸਾਰਾ ਪੰਜਾਬ ਤੇਰੀ ਡੀਕ, ਤੇਰੇ ਗੰਦ ਦੀ ਡੀਕ ਕਰਨ ਡਿਆ। ਉੱਚੀ ਵਾਲੇ ਬੂਟਾਂ ਜਿੱਦਾਂ ਬੱਲੂ ਬੱਲੇ ਆਓ ਕਿਤੇ ਖੁੱਲੇ ਦੇ ਗਰਾਊਂਡ ਵਿੱਚ ਟਾਈਮ ਪਾ ਲੈ। ਓ ਸਾਡੇ ਨਾਲ ਚੁੱਲ੍ਹਿਆਂ ਦੇ ਵਿੱਚ ਯਾਰ ਉਹ ਘਾਹ ਉੱਗ ਜਾਂਦਾ, ਔਖੇ ਬਦਮਾਸ਼ੀ ਵਾਲੇ ਰਾਹ ਤੁਰਨੇ। ਐਲੀ ਮਾਗਟ ਅਤੇ ਰੰਮੀ ਰੰਧਾਵਾ ਦਾ ਗਰਮ ਹੋਇਆ ਮਸਲਾ ਇੰਨਾ ਜ਼ਿਆਦਾ ਉਲਝ ਜਾਵੇਗਾ, ਸ਼ਾਇਦ ਇਹਨਾਂ ਨੇ ਆਪ ਵੀ ਨਹੀਂ ਸੋਚਿਆ ਹੋਵੇਗਾ। ਪਰ ਇਸ ਮਸਲੇ ਤੋਂ ਆਮ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਲੀ ਮਾਗਟ ਨੂੰ ਕੱਲ੍ਹ ਯਾਨੀ ਕਿ 11 ਸਤੰਬਰ ਨੂੰ ਸੋਹਾਣਾ ਦੀ ਪੁਲਿਸ ਨੇ ਅਰੈਸਟ ਕਰ ਲਿਆ ਸੀ, ਅਤੇ ਉਸ ਤੋਂ ਬਾਅਦ ਜਦੋਂ ਅੱਜ ਉਸ ਨੂੰ ਹਾਈਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸਦਾ 2 ਦਿਨ ਦਾ ਰਿਮਾਂਡ ਲੈ ਲਿਆ ਗਿਆ, ਕਿਉਂਕਿ ਐਲੀ ਮਾਗਟ 'ਤੇ ਉਹ ਤਰ੍ਹਾਂ ਤਾਂ ਲੱਗੀਆਂ ਹੀ ਸਨ ਜੋ ਕਿ ਰੰਮੀ ਰੰਧਾਵਾ 'ਤੇ ਲੱਗੀਆਂ ਸਨ। ਇਸ ਤੋਂ ਇਲਾਵਾ ਉਹਨਾਂ 'ਤੇ 295 ਧਾਰਾ ਇੱਕ ਹੋਰ ਲੱਗ ਗਈ, ਜਿਹੜੀ ਕਿ ਇਸ ਕਰਕੇ ਲੱਗੀ ਹੈ ਕਿ ਉਹਨਾਂ ਨੇ ਆਪਣੇ ਇੱਕ ਲਾਈਵ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਅਤੇ ਇਸ ਤੋਂ ਬਾਅਦ ਦੋਸਤੋ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਐਲੀ ਮਾਗਟ ਦੇ ਰਿਮਾਂਡ ਤੋਂ ਬਾਅਦ ਹੁਣ ਰੰਮੀ ਰੰਧਾਵਾ ਆਪਣੇ ਫਲੈਟ 'ਚੋਂ ਫਰਾਰ ਹੋ ਚੁੱਕੇ ਹਨ, ਕਿਉਂਕਿ ਜਦੋਂ ਕਵਰੇਜ ਕਰਨ ਲਈ ਮੀਡੀਆ ਦੀ ਟੀਮ ਉਹਨਾਂ ਦੇ ਫਲੈਟ ਪਹੁੰਚੀ ਤਾਂ ਉੱਥੇ ਜਿੰਦਾ ਮਿਲਿਆ। ਕਿਉਂਕਿ ਦੋਸਤੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਰੰਮੀ ਰੰਧਾਵਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਫਿਰ ਉਹ ਫਰਾਰ ਕਿਉਂ ਹੋਇਆ, ਸੋ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਵੀ ਦੱਸ ਦਿੰਦੇ ਹਾਂ। ਦੋਸਤੋ ਰੰਮੀ ਰੰਧਾਵਾ 'ਤੇ ਧਾਰਾ 504, 506 ਅਤੇ 294 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਅੰਤਰਗਤ ਜੇਕਰ ਕੋਈ ਇਸ ਤਰ੍ਹਾਂ ਦਾ ਜੋ ਵੀ ਜੁਰਮ ਹੈ ਪਹਿਲੀ ਵਾਰ ਕਰਦਾ ਤਾਂ ਉਸਨੂੰ ਬੇਲ ਮਿਲ ਸਕਦੀ ਹੈ, ਪਰ ਜੇਕਰ ਇਹੀ ਜੁਰਮ ਉਹ ਦੁਬਾਰੇ ਫਿਰ ਕਰਦਾ ਤਾਂ ਉਸਨੂੰ ਬੇਲ ਨਹੀਂ ਮਿਲਦੀ, ਉਸਦੀ ਪਹਿਲੀ ਬੇਲ ਵੀ ਕੈਂਸਲ ਹੋ ਜਾਂਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ੍ਹ ਦੁਬਾਰਾ ਰੰਮੀ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਐਲੀ ਮਾਗਟ ਨੂੰ ਧਮਕੀਆਂ ਦਿੱਤੀਆਂ ਸਨ, ਇਸ ਕਰਕੇ ਹੁਣ ਪੰਜਾਬ ਪੁਲਿਸ ਨੂੰ ਰੰਮੀ ਰੰਧਾਵਾ ਦੀ ਵੀ ਭਾਲ ਹੈ, ਪਰ ਉਹ ਆਪਣੇ ਫਲੈਟ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ। ਬਾਕੀ ਦੋਸਤੋ ਤੁਹਾਨੂੰ ਇਸ ਮਸਲੇ ਤੋਂ ਕੀ ਸਿੱਖਣ ਨੂੰ ਮਿਲਿਆ ਅਤੇ ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਕਹਿਣਾ ਚਾਹੋਗੇ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਤੁਹਾਨੂੰ ਸਾਰੇ ਇਸ ਘਟਨਾਕ੍ਰਮ ਦੇ ਪਿੱਛੇ ਕੌਣ ਸਹੀ ਅਤੇ ਕੌਣ ਗਲਤ ਲੱਗਦਾ, ਇਸ ਬਾਰੇ ਵੀ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰਨਾ। ਅਤੇ ਪੰਜਾਬੀ ਮਿਊਜ਼ਿਕ ਫਿਲਮ ਇੰਡਸਟਰੀ ਤੋਂ ਇਲਾਵਾ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਨੋਟੀਫਿਕੇਸ਼ਨ ਬੈੱਲ 'ਤੇ ਕਲਿੱਕ ਕਰਨਾ ਨਾ ਭੁੱਲਣਾ, ਕਿਉਂਕਿ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਅਨਲਿਮਿਟਡ ਗਿਆਨ 'ਤੇ ਮਿਲਦੀ ਹੈ। ਇਸ ਅਪਡੇਟ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਆਪਣੇ ਹੋਸਟ ਅਤੇ ਦੋਸਤ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।